You are watching Channel Y. Channel Y, a South Asian Canadian channel. ਤੇ ਕੱਲ ਦੀ ਕੈਬਨਿਟ ਦਾ ਫੈਸਲਾ ਕਰ ਰਿਹਾ ਸੀ ਕਿ 7 ਕਰੋੜ ਰੁਪਇਆ ਸਰਕਾਰ ਖਰਚ ਕਰ ਰਹੀ ਹੈ ਸੋਸ਼ਲ ਮੀਡੀਆ ਟੀਮ ਹਾਇਰ ਕਰਨ ਵਾਸਤੇ। ਮੈਂ ਪੁੱਛਣਾ ਕਿ ਐਡਾ ਵੱਡਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਹੈੱਡ ਆਫਿਸ ਦੇ ਉੱਤੇ, ਅਤੇ ਕਰੋਨਾ ਮਹਾਮਾਰੀ ਦੇ ਵਿੱਚ ਇਹ 7 ਕਰੋੜ ਰੁਪਇਆ ਵੇਸਟ ਕਰਨ ਦਾ ਤੁਹਾਨੂੰ ਕੀ ਚਾਹ ਹੈ? ਜੇ ਤੁਹਾਡੇ ਕੋਲ ਏਅਰਪੋਰਟ ਤੋਂ ਲੈ ਕੇ ਕੁਆਰੰਟੀਨ ਤੱਕ ਲਿਜਾਣ ਵਾਸਤੇ ਮੈਨਪਾਵਰ ਨਹੀਂ ਹੈ, ਫੋਰਸ ਨਹੀਂ ਹੈ, ਤਾਂ ਇਹ 7 ਕਰੋੜ ਤੁਸੀਂ ਕਿੰਨੇ ਸਾਬਕਾ ਸੈਨਿਕ ਵਿਚਾਰੇ ਰੁਜ਼ਗਾਰ ਵਾਸਤੇ ਵਿਹਲੇ ਤੁਰੇ ਜਿਹੜੇ ਵੈਲ ਟ੍ਰੇਨਡ ਹੈ, ਵਧੀਆ ਤਰੀਕੇ ਨਾਲ ਡਿਊਟੀ ਕਰ ਸਕਦੇ, ਅਤੇ ਇਹ 20-25 ਟੀਚਰਾਂ ਦੀ ਡਿਊਟੀ ਲਗਾ ਕੇ ਉਹਨਾਂ ਨੂੰ ਇਸ ਪਾਸੇ ਉਲਝਾਉਣ ਨਾਲੋਂ ਤੁਸੀਂ ਉਹਨਾਂ ਨੂੰ ਜੋਬ ਦੇ ਦਿਓ। ਕੀ ਇਸ ਪਾਸੇ ਪਹਿਲ ਹੋਣੀ ਚਾਹੀਦੀ ਹੈ ਗੌਰਮੈਂਟ ਦੀ ਕਿ ਜੇ ਤੁਹਾਡੇ ਕੋਲ ਨਫਰੀ ਘੱਟ ਹੈ ਤਾਂ ਉਹ ਭਰਤੀ ਕਰੋ ਕਿ ਤੁਸੀਂ ਸੋਸ਼ਲ ਮੀਡੀਆ ਟੀਮਾਂ ਭਰਤੀ ਕਰੋ? ਅਧਿਆਪਕਾਂ ਦੀਆਂ ਡਿਊਟੀਆਂ ਕਦੀ ਖੱਡਾਂ 'ਤੇ ਲਾ ਦਿਓ ਰੇਤਾ ਚੈੱਕ ਕਰਨ ਵਾਸਤੇ, ਕਦੀ ਸ਼ਰਾਬ ਦੀਆਂ ਫੈਕਟਰੀਆਂ ਦੇ ਵਿੱਚ ਲਾ ਦਿਓ ਸ਼ਰਾਬ ਚੈੱਕ ਕਰਨ ਵਾਸਤੇ? ਪ੍ਰਾਇਮਰੀ ਕਲਾਸ ਦੇ ਟੀਚਰ, ਇਹਨਾਂ ਨੂੰ ਤੁਸੀਂ ਕਹੋ ਕਿ ਸਕੂਲ ਦਾ ਮਾਹੌਲ ਬਣਾ ਕੇ ਰੱਖੋ, ਸਕੂਲ ਦਾ ਕੈਂਪਸ ਮੇਨਟੇਨ ਕਰਕੇ ਰੱਖੋ, ਬੱਚਿਆਂ ਨੂੰ ਕਿਤਾਬਾਂ ਭੇਜੋ, ਬੱਚਿਆਂ ਨੂੰ ਟੈਲੀਫੋਨ 'ਤੇ ਹੌਸਲਾ ਦਿਓ, ਪੇਰੈਂਟਸ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹਨਾਂ ਦੀ ਟੈਨਸ਼ਨ ਹੈ ਉਹ ਦੂਰ ਕਰੋ। ਪਰ ਅੱਜ ਤੁਸੀਂ ਇਹਨਾਂ ਨੂੰ ਇੰਟਰਨੈਸ਼ਨਲ ਏਅਰਪੋਰਟ 'ਤੇ ਪੈਸੰਜਰਾਂ ਦੇ ਸਾਹਮਣੇ ਐਕਸਪੋਜ਼ ਕਰ ਰਹੇ ਹੋ NRIs ਨੂੰ ਦੂਜਿਆਂ ਨੂੰ, ਅਤੇ ਜਿੱਦਾਂ ਸਕੂਲ ਖੁੱਲ੍ਹ ਗਏ ਇਹਨਾਂ ਨੇ ਛੋਟੇ ਛੋਟੇ ਬੱਚਿਆਂ ਦੇ ਵਿੱਚ ਜਾਣਾ। ਕੀ ਉਹ ਰਿਸਕ ਤੁਸੀਂ ਕੈਲਕੂਲੇਟ ਕੀਤਾ? ਕੀ ਫਿਰ ਇਹਨਾਂ ਨੂੰ ਤੁਸੀਂ ਸਮਝ ਦਿਓਗੇ ਕਿ ਪਹਿਲਾਂ 15 ਦਿਨ ਤੁਸੀਂ ਕੁਆਰੰਟੀਨ ਹੋਵੋ ਕਿਉਂਕਿ ਤੁਸੀਂ ਇੰਟਰਨੈਸ਼ਨਲ ਪੈਸੰਜਰ ਦੇ ਨਾਲ ਡੀਲ ਕਰਦੇ ਹੋ ਅਤੇ ਤੁਸੀਂ ਸਕੂਲਾਂ 'ਚ ਨਹੀਂ ਜਾਣਾ? ਕਿਸੇ ਨੇ ਨਹੀਂ ਪੁੱਛਣਾ, ਇੱਧਰੋਂ ਡਿਊਟੀ ਕੈਂਸਲ ਹੋਏਗੀ, ਜਾ ਕੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਬਿਠਾ ਸਕਦਾ ਹੈ, ਔਰ ਛੋਟੇ ਬੱਚੇ ਮਾਸੂਮ ਬੱਚੇ ਜਿਨ੍ਹਾਂ ਨੂੰ ਲੁਕਾ ਕੇ ਰੱਖਿਆ ਹੋਇਆ ਸੀ ਘਰਾਂ 'ਚ, ਉਹ ਰਿਸਕ 'ਤੇ ਹੋ ਜਾਣ। ਗੌਰਮੈਂਟ ਨੂੰ ਆਪਣਾ ਸਿਸਟਮ ਠੀਕ ਕਰਨਾ ਚਾਹੀਦਾ। ਜੇ ਆਪੋਜੀਸ਼ਨ ਕਹਿੰਦੀ ਹੈ ਕਿ ਅਸੀਂ ਸਹਿਯੋਗ ਕਰਨ ਨੂੰ ਕਿਸੇ ਮੁੱਦੇ 'ਤੇ ਤਿਆਰ ਹਾਂ, ਉਹ ਅਸੀਂ ਲੈਣਾ ਨਹੀਂ ਕਿ ਸਾਡੇ ਕੋਲ ਸਾਰਾ ਕੁਝ ਠੀਕ ਹੈ। ਔਰ ਹਾਲ ਇਹ ਹੈ ਕਿ ਕਿਤੇ 4 ਕੇਸਿਸ ਆ ਜਾਣ ਤਾਂ ਨਵੀਆਂ ਪਾਬੰਦੀਆਂ ਸ਼ੁਰੂ ਹੋ ਜਾਂਦੀਆਂ, ਲੋਕਾਂ ਦੀ ਆਵਾਜ਼ ਬੰਦ ਕਰਨ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ। ਇਸ ਕਰਕੇ ਗੌਰਮੈਂਟ ਨੂੰ ਰਿਐਲਿਟੀ ਦੇ ਉੱਤੇ ਚੱਲਣਾ ਚਾਹੀਦਾ, ਹਰ ਰੋਜ਼ ਨਵਾਂ ਫੈਸਲਾ, ਹਰ ਰੋਜ਼ ਨਵੀਆਂ ਗੱਲਾਂ ਇਹ ਸ਼ੋਅ ਬਣੀ। ਯੂ ਆਰ ਵਾਚਿੰਗ ਚੈਨਲ Y, ਚੈਨਲ Y, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।